ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਹੈ ਜੀ ਸਾਰਿਆਂ ਦੇ। ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਦੇ ਹਾਂ ਜੀ ਕਿ ਮੈਂ ਕਾਰਪੈਂਟਰ ਦਾ ਕੰਮ ਕਿਵੇਂ ਸਿੱਖਿਆ ਨਾ ਇੱਥੇ ਆ ਕੇ। ਅਤੇ ਸਭ ਤੋਂ ਪਹਿਲੀ ਗੱਲ ਵੀ ਇਹ ਕੰਮ ਨਾ ਮੈਨੂੰ ਵੀ ਆਉਂਦਾ ਨਹੀਂ ਸੀਗਾ, ਬਹੁਤ ਕਮੈਂਟ ਆਉਂਦੇ ਕਿਉਂਕਿ ਹਾਲੇ ਵੀ ਆਈ ਜਾਂਦੇ, ਮੈਂ 2-3 ਵੀਡੀਓਆਂ 'ਚ ਦੱਸਿਆ ਵੀ ਆ। ਸੋ ਕੰਮ ਜੀ ਮੈਂ ਸਾਰਾ ਇੱਥੇ ਆ ਕੇ ਸਿੱਖਿਆ, ਮੈਂ ਵੀ ਐਜ਼ ਅ ਫਰੈਸ਼ਰ ਹਾਂ ਨਾ ਇਸ ਲਾਈਨ ਦੇ ਵਿੱਚ ਐਂਟਰ ਹੋਇਆ ਸੀ, ਮੈਨੂੰ ਬਾਹਲਾ ਪਤਾ ਨਹੀਂ ਸੀ ਇਸ ਲਾਈਨ ਬਾਰੇ, ਮੈਂ ਵੀ ਨਵਾਂ ਹੀ ਸੀਗਾ ਇਸ ਕੰਮ ਦੇ ਵਿੱਚ ਕਿਉਂਕਿ ਆਪਾਂ ਇੰਡੀਆ 'ਚ ਤਾਂ ਸੋਚਿਆ ਵੀ ਨਹੀਂ ਹੁੰਦਾ ਨਾ ਵੀ ਜਾ ਕੇ ਇਹ ਵਾਲਾ ਕੰਮ ਕਰਾਂਗੇ। ਉੱਥੇ ਤਾਂ ਬੰਦਾ ਕੁਛ ਹੋਰ ਹੀ ਸੋਚਦਾ ਹੁੰਦਾ ਵੀ ਪੜ੍ਹਾਈ ਵੀ ਪਹਿਲਾਂ ਵੀ ਪੜ੍ਹਾਈ ਕੀਤੀ ਆ ਵੀ ਉੱਥੇ ਜਾ ਕੇ ਵੀ ਪੜ੍ਹਾਈ ਕਰਨੀ ਹੈ ਨਾ ਵੀ ਉੱਧਰ ਹੀ ਜੋਬ ਚੱਲ ਲੱਭ ਲੂਗਾ, ਪਰ ਕਹਿ ਲਓ ਸਿਚੁਏਸ਼ਨ ਹਰ ਵਾਰ ਉੱਦਾਂ ਦੀ ਨਹੀਂ ਹੁੰਦੀ। ਸੋ ਨਵਾਂ ਨਵਾਂ ਤਾਂ ਸਾਨੂੰ ਵੀ ਨਹੀਂ ਕੁਛ ਆਉਂਦਾ ਸੀਗਾ ਜੀ, ਜਮਾਂ ਵੀ ਕੱਖ ਨਹੀਂ ਪਤਾ ਸੀਗਾ ਇਸ ਲਾਈਨ ਦਾ। ਅਤੇ 2017 ਦੇ ਵਿੱਚ ਜਦੋਂ ਮੈਂ ਆਇਆ ਸੀਗਾ ਜੀ, ਆਉਂਦੇ ਸਾਰ ਮੈਂ 3-4 ਮਹੀਨੇ ਕੰਮ ਕੀਤਾ ਸੀ ਫੈਕਟਰੀਆਂ ਦੇ ਵਿੱਚ, ਉਦੋਂ ਬਾਅਦ ਮੈਂ ਇਸ ਲਾਈਨ ਦੇ ਵਿੱਚ ਆ ਗਿਆ ਸੀਗਾ। ਸਭ ਤੋਂ ਪਹਿਲਾਂ ਮੈਂ ਜਿੱਥੇ ਪਹਿਲਾਂ ਸਭ ਤੋਂ ਪਹਿਲਾਂ ਕੰਮ ਕਰਦਾ ਸੀਗਾ ਨਾ, ਉੱਥੇ ਆਪਣੇ ਪੰਜਾਬੀ ਬੰਦੇ ਸੀਗੇ ਅਤੇ ਉਹਨਾਂ ਨੇ 3 ਮੁੰਡੇ ਰੱਖੇ ਹੁੰਦੇ ਸੀ, ਉਹਨਾਂ 'ਚੋਂ ਮੈਂ ਵੀ ਹੁੰਦਾ ਸੀ। ਅਤੇ ਆਪਾਂ 3 ਹੈਲਪਰ ਹੀ ਹੁੰਦੇ ਸੀਗੇ ਨਾ, ਸਾਨੂੰ ਕੁਛ ਬਾਹਲਾ ਆਉਂਦਾ ਨਹੀਂ ਸੀ ਇਸ ਲਾਈਨ ਦਾ ਕੰਮ, ਅਸੀਂ ਵੱਧ ਤੋਂ ਵੱਧ ਕੀ ਕਰਦੇ ਹੁੰਦੇ ਸੀਗੇ, ਜਿਵੇਂ ਇੰਸਟਾਲੇਸ਼ਨ 'ਤੇ ਜਾਣਾ ਉਹਨਾਂ ਨੇ, ਉਹਨਾਂ ਦੇ ਨਾਲ ਚੱਲ ਗਏ, ਕੈਬਨਟਸ ਅਨਲੋਡ ਕਰ ਲਈਆਂ, ਕੋਈ ਹੋਰ ਸ਼ੋਪ 'ਤੇ ਕੰਮ ਕਰ ਲਏ, ਸ਼ੀਟਾਂ ਆ ਗਈਆਂ ਸ਼ੀਟਾਂ ਰਖਾ ਲਈਆਂ ਨਾ, ਇੱਦਾਂ ਦੇ ਕੰਮ ਕਰਦੇ ਹੁੰਦੇ ਸੀਗੇ। ਉਦੋਂ ਬਾਅਦ ਅਸੀਂ ਕੰਮ ਸਟਾਰਟ ਕੀਤਾ ਜੀ ਟੇਪਾ ਲਾਉਣ ਵਾਲਾ, ਜਿਹੜੀ ਲੱਕੜ ਨੂੰ ਕਟਿੰਗ ਕਰਨ ਤੋਂ ਬਾਅਦ ਜਿਹੜੀ ਐਜ ਹੁੰਦੀ ਨਾ ਸਾਹਮਣੇ ਫਰੰਟ 'ਤੇ ਦਿਖਦੀ ਹੁੰਦੀ ਹੈ, ਜਿਹਦੇ ਉੱਤੇ ਡੋਰ ਲੱਗਣਾ ਹੁੰਦਾ, ਸੋ ਉਹ ਐਜ ਦੇ ਉੱਤੇ ਟੇਪ ਲੱਗਦੀ ਹੈ। ਇੰਡੀਆ ਦੇ ਵਿੱਚ ਮੇਰੇ ਖਿਆਲ ਨਾਲ ਜਿੱਥੇ ਤੱਕ ਮੈਨੂੰ ਚੇਤਾ ਆਇਆ, ਮੈਂ ਦੇਖਿਆ ਉਹ ਸਰਮਾਈਕਾ ਦੀ ਕਟਿੰਗ ਕਰਦੇ ਆ, ਉਹ ਉਹਦੇ ਉੱਤੇ ਗਲੂ ਨਾਲ ਪੇਸਟ ਕਰ ਦਿੰਦੇ ਆ। ਪਰ ਇੱਥੇ ਕੀ ਸਿਸਟਮ, ਮੈਂ ਦੇਖਿਆ ਟੇਪਾਂ ਹੁੰਦੀਆਂ ਨਾ ਹਰੇਕ ਕਲਰ ਦੀਆਂ, ਜਿਹੜੇ ਕਲਰ ਦਾ ਮਟੀਰੀਅਲ ਆ ਉਸ ਮਟੀਰੀਅਲ ਦੀਆਂ ਟੇਪਾਂ ਹੁੰਦੀਆਂ, ਉਹਦੇ ਵਿੱਚ ਗਲੂ ਲੱਗੀ ਹੁੰਦੀ ਆ, ਅਤੇ ਆਪਾਂ ਆਪਣੇ ਕੋਲ ਪ੍ਰੈਸ ਹੁੰਦੀ ਆ, ਆਪਾਂ ਪ੍ਰੈਸ ਮਾਰਨੀ ਹੁੰਦੀ ਆ, ਜਿਵੇਂ ਐਜ 'ਤੇ ਰੱਖ ਕੇ ਟੇਪ ਰੱਖ ਕੇ ਉਹਦੇ ਉੱਪਰ ਪ੍ਰੈਸ ਮਾਰਨੀ, ਦੈਨ ਇੱਕ ਸੋਲਿਡ ਜਿਹੇ ਪੀਸ ਨਾਲ ਨਾ ਉਹਨੂੰ ਪ੍ਰੈਸ ਕਰ ਦੇਣਾ ਤਾਂ ਕਿ ਉਹ ਟੇਪ ਲੱਗ ਜੇ। ਸੋ ਉਹ ਬਾਹਲਾ ਜਿਹੜਾ ਕੰਮ ਟ੍ਰਿਕੀ ਨਹੀਂ ਹੁੰਦਾ ਸੀ, ਕੋਈ ਵੀ ਕਰ ਸਕਦਾ ਸੀ ਹੈ ਨਾ ਬੰਦਾ, ਅਤੇ ਅਸੀਂ ਉਹੀ ਕਰਦੇ ਹੁੰਦੇ ਸੀਗੇ, ਮੈਂ ਉਹੀ ਕੰਮ ਕਰਦਾ ਹੁੰਦਾ ਸੀ ਨਵਾਂ ਨਵਾਂ। ਇਸ ਲਾਈਨ ਦੇ ਵਿੱਚ ਨਾ ਇਹ ਸਾਰਾ ਕੰਮ ਮੈਜ਼ਰਿੰਗ ਦਾ ਆ, ਮੈਜ਼ਰਮੈਂਟ 'ਚ ਤੁਹਾਨੂੰ ਆ ਗਈ ਲੈਣੀ ਸਾਰੀ ਵੀ ਕਿਵੇਂ ਹੁੰਦੀ ਆ, ਘੱਟ ਵੱਧ ਹੈ ਨਾ, ਪਲੱਸ ਮਾਈਨਸ ਜੋ ਵੀ ਆ, ਅਤੇ ਤੁਹਾਨੂੰ ਕਾਫੀ ਚੀਜ਼ਾਂ ਪਤਾ ਲੱਗ ਜਾਣੀ ਆ। ਮੈਜ਼ਰਮੈਂਟ ਇਸ ਲਾਈਨ ਦਾ ਬੇਸ ਆ, ਭਾਜੀ ਨੇ ਸਾਨੂੰ ਮੈਜ਼ਰਿੰਗ ਬਾਰੇ ਦੱਸਿਆ ਨਾ ਕਿਵੇਂ ਮੈਜ਼ਰਮੈਂਟ ਲੈਣੀ ਆ। ਮੈਜ਼ਰਮੈਂਟ ਦਾ ਜੋ ਵੈਸੇ ਮੈਂ ਇੰਡੀਆ ਦੇ ਵਿੱਚ ਜੋਬ ਕੀਤੀ ਸੀਗੀ ਸਾਈਟ ਇੰਜੀਨੀਅਰ, ਅਤੇ ਉੱਥੇ ਮੇਰਾ ਕੰਮ ਇਹ ਹੁੰਦਾ ਸੀ ਜਿਵੇਂ ਕੰਕਰੀਟ ਦੇ ਕੋਲਮ ਬਣਦੇ ਸੀਗੇ ਨਾ, ਤਾਂ ਉਹਨਾਂ ਦੀ ਅਸੀਂ ਲੇਆਊਟ ਜਾਂ ਮਾਰਕਿੰਗ ਕਰਾਉਂਦੇ ਹੁੰਦੇ ਸੀ, ਸੋ ਡਰਾਇੰਗਾਂ ਡਰੁਇੰਗਾਂ ਆਪਾਂ ਉੱਥੇ ਵੀ ਪੜ੍ਹ ਲੈਂਦੇ ਸੀਗੇ। ਪਰ ਚੱਕਰ ਇਹ ਸੀਗਾ ਵੀ ਉਹ ਮੈਜ਼ਰਮੈਂਟਸ ਹੁੰਦੀਆਂ ਸੀਗੀਆਂ ਮਿਲੀਮੀਟਰਸ ਦੇ ਵਿੱਚ ਹੈ ਨਾ ਜਾਂ ਮੀਟਰਸ ਦੇ ਵਿੱਚ, ਅਤੇ ਅਸੀਂ ਉਸ ਹਿਸਾਬ ਨਾਲ ਹੀ ਚੱਲਦੇ ਹੁੰਦੇ ਸੀਗੇ। ਪਰ ਇੱਥੇ ਆ ਕੇ ਜਦੋਂ ਮੈਂ ਦੇਖਿਆ ਤਾਂ ਇੱਥੇ ਚੱਲਦੇ ਸੀਗੇ ਜੀ ਇੰਚ ਕੁਆਟਰ ਹੈ ਨਾ, ਇੰਚਾਂ ਦੇ ਹਿਸਾਬ ਨਾਲ, ਅਤੇ ਪਹਿਲਾਂ ਮੈਨੂੰ ਆ ਕੇ ਤਾਂ ਸਮਝ ਹੀ ਨਹੀਂ ਆਈ ਕਿਉਂਕਿ ਮੈਂ ਮੈਜ਼ਰਮੈਂਟ ਕਰਦਾ ਤਾਂ ਹੁੰਦਾ ਸੀ ਪਰ ਮੈਂ MM ਦੇ ਹਿਸਾਬ ਨਾਲ ਲੈਂਦਾ ਹੁੰਦਾ ਸੀ। ਭਾਅ ਜੀ ਨੇ ਮੈਨੂੰ ਕਿੰਨੀ ਵਾਰ ਕਿਹਾ, ਕਹਿੰਦੇ ਵੀ ਇਹ ਨਹੀਂ ਚੱਲਣੇ ਯੂਨਿਟ, ਵੀ ਤੈਨੂੰ ਆਹੜੇ ਦੇਖਣੇ ਪੈਣੇ ਆ। ਸੋ ਹੌਲੀ ਹੌਲੀ ਮੇਰਾ ਉਹ ਪਹਿਲਾਂ ਸਭ ਤੋਂ ਪਹਿਲਾਂ ਮੈਜ਼ਰਮੈਂਟ ਦੇਖੀ ਕਿਵੇਂ ਹੁੰਦੀ ਆ, ਮੈਜ਼ਰਮੈਂਟ ਸਿੱਖੀ, ਅਤੇ ਜਦੋਂ ਥੋੜ੍ਹੀ ਜਿਹੀ ਮੈਜ਼ਰਮੈਂਟ ਆ ਗਈ ਫਿਰ ਆਪਾਂ ਕੰਮ ਸਟਾਰਟ ਕੀਤਾ ਜੀ ਸਾਹ ਦੇ ਉੱਤੇ ਨਾ। ਟੇਬਲ ਸਾਹ ਇੱਕ ਹੁੰਦਾ ਆ ਜੀ ਵੱਡਾ ਜਿਹੜਾ ਸ਼ੋਪ ਦੇ ਵਿੱਚ ਕਟਿੰਗ ਕਰਦੇ ਹਾਂ, ਬਟ ਛੋਟਾ ਟੇਬਲ ਸਾਹ ਹੁੰਦਾ ਜਦੋਂ ਆਪਾਂ ਇੰਸਟਾਲੇਸ਼ਨ 'ਤੇ ਜਾਂਦੇ ਹਾਂ। ਸੋ ਇੰਸਟਾਲੇਸ਼ਨ 'ਤੇ ਬਾਹਲੀ ਕਟਿੰਗ ਦੀ ਲੋੜ ਨਹੀਂ ਪੈਂਦੀ, ਬਟ ਥੋੜ੍ਹੇ ਜਿਹੇ ਫਿਲਰ ਕੱਟਣੇ ਹੁੰਦੇ ਆ, 2-2, 4-4 ਇੰਚੀ ਦੇ ਪੀਸ ਹੈ ਨਾ। ਸੋ ਪਹਿਲਾਂ ਉਹ ਕੱਟਣੇ ਸ਼ੁਰੂ ਕੀਤੇ ਛੋਟੇ ਸਾਹ ਦੇ ਉੱਤੇ, ਫਿਰ ਜਦੋਂ ਦੇਖਿਆ ਵੀ ਹਾਂ ਆਪਾਂ ਕੱਟਣ ਲੱਗ ਪਏ ਹਾਂ, ਕਾਫ਼ੀ ਸੇਫਟੀ ਦਾ ਧਿਆਨ ਰੱਖਣਾ ਪੈਂਦਾ ਉਹਦੇ ਵਿੱਚ ਵੀ, ਫਿਰ ਹੌਲੀ ਹੌਲੀ ਟੇਬਲ ਸਾਹ ਦੇ ਉੱਤੇ ਆਇਆ ਨਾ ਜੀ। ਟੇਬਲ ਸਾਹ ਦੇ ਉੱਤੇ ਭਾਜੀ ਨੇ ਦੱਸਿਆ ਵੀ ਕਟਿੰਗ ਕਿਵੇਂ ਕਰਨੀ ਆ, ਕਾਫ਼ੀ ਚੀਜ਼ਾਂ ਆ ਜਾਂਦੀਆਂ ਵੀ ਫੈਂਸ ਦੇ ਨਾਲ ਸ਼ੀਟ ਟੱਚ ਹੋਣੀ ਚਾਹੀਦੀ ਆ, ਹੈ ਨਾ, ਮੈਜ਼ਰਮੈਂਟ ਪ੍ਰੋਪਰ ਹੋਣੀ ਚਾਹੀਦੀ ਆ, ਫੈਂਸ ਨੂੰ ਚੰਗੀ ਤਰ੍ਹਾਂ ਬੰਨਣਾ ਵੀ ਇਹ ਲੂਜ਼ ਨਾ ਰਹਿ ਜਾਵੇ। ਫਿਰ ਜਦੋਂ ਕਟਿੰਗ ਦਾ ਥੋੜ੍ਹਾ ਬਹੁਤ ਆ ਗਿਆ, ਦੈਨ ਅਸੀਂ ਹੈ ਨਾ ਦਰਾਜ਼ ਬਣਾਉਣੇ ਸ਼ੁਰੂ ਕੀਤੇ ਉੱਤੇ ਭਾਜੀ ਦੇ ਕੋਲ। ਸੋ ਦਰਾਜ਼ ਅਤੇ ਕੈਬਨਟ ਆ ਇਹਨਾਂ ਨੂੰ ਆਪਸ 'ਚ ਜੋੜਨ ਦਾ ਕੰਮ ਹੁੰਦਾ ਸੀ। ਕੈਬਨਟਸ ਨੂੰ ਕਿਵੇਂ ਜੋੜ ਦਿੰਦੇ ਸੀ, ਸਕਰੂ ਨਾਲ, ਪਹਿਲਾਂ ਡਰਿਲ ਨਾਲ ਹੋਲ ਮਾਰ ਲੈਣਾ, ਦੈਨ ਸਕਰੂ ਲਾਉਣਾ ਹੈ ਨਾ। ਸੋ ਉਹ ਕੰਮ ਵੀ ਅਸੀਂ ਕਰਨਾ ਸਟਾਰਟ ਕਰਤਾ ਸੀਗਾ ਕਿਉਂਕਿ ਉਹ 'ਚ ਬਾਹਲਾ ਟ੍ਰਿਕੀ ਨਹੀਂ ਸੀ, ਡਰਿਲਾਂ ਡਰੁਲਾਂ ਚਲਾਉਣੀਆਂ ਬੰਦਾ ਸਿੱਖ ਜਾਂਦਾ। ਫਿਰ ਅਸੀਂ ਭਾਜੀ ਨਾਲ ਇੰਸਟਾਲੇਸ਼ਨ 'ਤੇ ਜਾਂਦੇ ਹੁੰਦੇ ਸੀਗੇ ਨਾ, ਜਦੋਂ ਸਾਨੂੰ ਕੰਮ ਨਹੀਂ ਆਉਂਦਾ ਸੀ ਉਦੋਂ ਅਸੀਂ ਕਲੀਨਿੰਗ ਕਲੂਨਿੰਗ ਕਰ ਲੈਂਦੇ ਸੀ, ਜਾਂ ਵੈਕਿਊਮ ਜਦੋਂ ਜੋਬ ਫਿਨਿਸ਼ ਹੋ ਜਾਣੀ ਤਾਂ ਵੈਕਿਊਮ ਨਾਲ ਅਸੀਂ ਸਾਰੇ ਡੱਬੇ ਖਾਲੀ ਕਰਨੇ ਹੁੰਦੇ ਸੀਗੇ। ਤਾਂ ਸੋ ਪੁਰਾਣੀ ਕੰਪਨੀ 'ਚੋਂ ਮੈਂ ਕਾਫ਼ੀ ਕੁਛ ਸਿੱਖਿਆ ਨਾ, ਤਾਂ ਗਲਤੀ ਹੋ ਜਾਂਦੀ ਸੀਗੀ। ਇੱਕ ਵਾਰ ਮੈਂ ਹਿੰਜ ਬਹੁਤ ਗਲਤ ਪਾਤੇ ਸੀਗੇ, ਜਿਵੇਂ ਡੋਰ ਦਾ ਫਰੰਟ ਹੁੰਦਾ ਨਾ ਆਪਾਂ ਬੈਕ ਸਾਈਡ 'ਤੇ ਜਿਵੇਂ ਹਿੰਜ ਪਾਉਣੇ ਹੁੰਦੇ ਜਿਹਨੂੰ ਆਪਾਂ ਕਬਜ਼ਾ ਕਹਿ ਦਿੰਦੇ ਹਾਂ, ਅਤੇ ਉਹ ਆਪਾਂ ਮੈਂ ਫਰੰਟ ਸਾਈਡ 'ਤੇ ਪਾਤੇ ਕਿਉਂਕਿ ਉਹ ਦੋਵੇਂ ਪਾਸੋਂ ਸੇਮ ਲੱਗਦਾ ਪਿਆ ਸੀ, ਅਤੇ ਮੈਨੂੰ ਪਤਾ ਨਹੀਂ ਸੀਗਾ ਵੀ ਹੈ ਨਾ ਕਿੱਧਰਲੇ ਪਾਸੇ ਪੈਣੇ ਆ, ਬਟ ਉਹ ਅਸੀਂ ਫਿਰ ਬਾਅਦ 'ਚੋਂ ਫਿਕਸ ਕੀਤੇ ਸੀਗੇ ਹੈ ਨਾ ਭਾਅ ਜੀ ਦੀ ਹੈਲਪ ਨਾਲ। ਕਹਿਣ ਦਾ ਮਤਲਬ ਇੱਦਾਂ ਵੀ ਗਲਤੀਆਂ ਕਾਫ਼ੀ ਹੋ ਜਾਂਦੀਆਂ ਸੀ। ਸੋ ਐਵੇਂ ਹੁੰਦਾ ਜੀ, ਕਈ ਵਾਰ ਤੁਹਾਨੂੰ ਲੋਕ ਨਹੀਂ ਸਿਖਾਉਂਦੇ ਹੈ ਨਾ ਕੰਮ, ਕਈ ਵਾਰ ਤੁਸੀਂ ਨਵੀਂ ਜਗ੍ਹਾ 'ਤੇ ਜਾਂਦੇ ਹੋ ਤਾਂ ਉੱਥੇ ਜਿਹੜੇ ਬੰਦੇ ਪੁਰਾਣੇ
ਉਹ ਜਿੱਦਾਂ ਸਪਾਈਸ ਰੈਕ ਹੁੰਦਾ ਨਾ ਉਹ ਥੋੜ੍ਹਾ ਟ੍ਰਿਕੀ ਵਰਕ ਹੁੰਦਾ ਸੀ, ਵੁਡਨ ਦਾ ਸਪਾਈਸ ਰੈਕ ਬਣਾਉਂਦੇ ਹੁੰਦੇ ਸੀਗੇ ਮਸਾਲੇ ਮਸੂਲੇ ਰੱਖਣ ਵਾਲਾ। ਵੈਸੇ ਤਾਂ ਹਾਰਡਵੇਅਰ ਵੀ ਆਉਂਦਾ ਸਟੀਲ 'ਚ ਲੱਗਣ ਵਾਲਾ, ਬਟ ਉਹ ਹੁੰਦਾ ਸੀਗਾ ਦੂਜਾ ਲੱਕੜ ਦਾ ਬਣਿਆ ਹੁੰਦਾ ਅਤੇ ਬਹੁਤ ਸੋਹਣਾ ਲੱਗਦਾ ਹੁੰਦਾ ਸੀ ਨਾ ਵੁੱਡ ਦਾ ਬਣਿਆ, ਅਤੇ ਉਹ ਚੀਜ਼ ਭਾਅ ਜੀ ਨੇ ਸਾਨੂੰ ਦੱਸੀ ਨੂੰ ਆਪ ਹੀ ਬਣਾਉਂਦੇ ਹੁੰਦੇ ਸੀਗੇ, ਬਟ ਆਪਾਂ ਦੇਖ ਲਿਆ ਸੀ ਉਹ ਕਿਵੇਂ ਬਣਦਾ, ਸੋ ਮੈਨੂੰ ਸਮਝ ਵੀ ਆ ਗਿਆ ਸੀਗਾ ਨਾ। ਅਤੇ ਉਹ ਚੀਜ਼ ਫਿਰ ਆਪਾਂ ਮੈਂ ਨਵੀਂ ਕੰਪਨੀ ਫਿਰ ਜਦੋਂ ਹੋਰ ਕੰਪਨੀ ਦੇ ਵਿੱਚ ਗਿਆ ਫਿਰ ਉੱਥੇ ਜਾ ਕੇ ਮੈਂ ਉਹ ਚੀਜ਼ ਅਪਲਾਈ ਕੀਤੀ, ਉੱਥੇ ਮੈਨੂੰ ਬਣਾਉਣੇ ਪਏ 3-4 ਸਪਾਈਸ ਰੈਕ, ਸੋ ਮੈਂ ਆਪਣੇ ਡਿਜ਼ਾਈਨ ਨਾਲ ਆਪ ਹੀ ਤਿਆਰ ਕੀਤੇ ਸੀਗੇ ਉੱਥੇ ਨਵੀਂ ਜਗ੍ਹਾ 'ਤੇ ਵੁੱਡ ਦੇ। ਕਹਿਣ ਦਾ ਮਤਲਬ ਪੁਰਾਣੀ ਜਗ੍ਹਾ ਤੋਂ ਸਿੱਖੀਆਂ ਚੀਜ਼ਾਂ ਕਾਫੀ ਅੱਗੇ ਜਾ ਕੇ ਕੰਮ ਆਈਆਂ ਮੇਰੇ ਕੋਲ। ਦੈਨ ਨਵੀਂ ਕੰਪਨੀ ਥੋੜ੍ਹੀ ਜਿਹੀ ਵੱਡੀ ਸੀਗੀ ਹੈ ਨਾ, ਅਗਲੀ ਕੰਪਨੀ ਕੰਮ ਵੀ ਪਰ ਥੋੜ੍ਹਾ ਉਹਨਾਂ ਦਾ ਜ਼ਿਆਦਾ ਹਾਈ ਲੈਵਲ ਦਾ ਸੀਗਾ, ਜਿਵੇਂ ਉੱਥੇ ਅਸੀਂ ਪ੍ਰੈਸ ਨਾਲ ਟੇਪਾਂ ਲਾਉਂਦੇ ਸੀ ਤਾਂ ਨਵੀਂ ਜਗ੍ਹਾ 'ਤੇ ਮਸ਼ੀਨ ਦੇ ਨਾਲ ਟੇਪਾਂ ਲੱਗਦੀਆਂ ਹੁੰਦੀਆਂ ਸੀਗੀਆਂ, ਹਿੰਜ ਉੱਥੇ ਅਸੀਂ ਮੈਨੁਅਲੀ ਪਾਉਂਦੇ ਹੁੰਦੇ ਸੀ, ਇੱਥੇ ਮਸ਼ੀਨ ਦੇ ਨਾਲ ਹਿੰਜ ਪੈਂਦੇ ਸੀ, ਸੋ ਥੋੜ੍ਹਾ ਲੈਵਲ ਉੱਚਾ ਹੋ ਗਿਆ ਸੀਗਾ। ਉੱਥੇ ਬੰਦੇ ਵੀ ਵਧੀਆ ਮਿਲ ਗਏ ਸਾਨੂੰ ਹੈ ਨਾ ਕੰਮ ਸਿਖਾਉਣ ਵਾਲੇ, ਹਾਲਾਂਕਿ ਉਹ ਸਾਨੂੰ ਕੰਮ ਸਿਖਾਉਣ ਨੂੰ ਤਿਆਰ ਸੀਗੇ, ਬਟ ਕਈ ਵਾਰ ਉਹਨਾਂ ਕੋਲ ਵੀ ਨਹੀਂ ਟਾਈਮ ਹੁੰਦਾ ਸੀਗਾ, ਜਾਂ ਫਿਰ ਜੇ ਉਹ ਸਾਰਾ ਟਾਈਮ ਸਾਨੂੰ ਦੱਸਣ 'ਚ ਲੱਗ ਜਾਣ ਫਿਰ ਉਹਨਾਂ ਦੀ ਆਪਦੀ ਪ੍ਰੋਡਕਸ਼ਨ ਘੱਟਦੀ ਸੀਗੀ ਨਾ, ਇਸ ਲਈ ਉਹ ਥੋੜ੍ਹਾ ਜਿਹਾ ਦੱਸ ਦਿੰਦੇ ਹੁੰਦੇ ਸੀ ਬੰਦੇ ਨੂੰ ਆਪ ਸਿੱਖਣਾ ਪੈਂਦਾ। ਸੋ ਮੈਨੂੰ ਜਿੰਨਾ ਕੁ ਦੱਸਦੇ ਰਹੇ ਵੀ ਮੈਂ ਆਪਦਾ ਉਨਾ ਨਾ ਦਿਮਾਗ 'ਚ ਨੋਟ ਕਰ ਲੈਣਾ ਸੀ, ਕੋਈ ਫਾਰਮੂਲਾ ਹੁੰਦਾ ਸੀ ਜਿਵੇਂ ਦਰਾਜ ਬਣਾਉਣ ਦਾ ਵੀ ਕਿੰਨੇ ਦਾ ਬੋਟਮ ਰੱਖਣਾ ਨਾ, ਇਹ ਚੀਜ਼ਾਂ ਜਿਹੜੀਆਂ ਸਟੈਂਡਰਡ ਹੁੰਦੀਆਂ ਸੀ ਮੈਂ ਲਿਖ ਲੈਣਾ ਹੁੰਦਾ ਸੀ ਆਪਣੇ ਆਪ ਤਾਂ ਕਿ ਮੈਨੂੰ ਚੇਤਾ ਰਹਿ ਜਾਣ। ਮੈਂ ਇੱਕ ਕਾਪੀ ਲਈ ਹੁੰਦੀ ਸੀਗੀ, ਨਾਲ ਪੈੱਨ ਹੁੰਦਾ ਸੀਗਾ, ਛੋਟੀ ਡਾਇਰੀ ਜੀ ਹੁੰਦੀ ਸੀਗੀ, ਅਤੇ ਉਹ ਮੈਂ ਨਾਲ ਨਾਲ ਰੱਖਣੀ ਹੈ, ਜਿੱਥੇ ਜਿੱਥੇ ਮੈਨੂੰ ਡਾਊਟ ਹੁੰਦਾ ਸੀ ਉਹ ਚੀਜ਼ਾਂ ਮੈਂ ਨੋਟ ਕਰ ਲੈਣਾ ਹੁੰਦਾ ਸੀਗਾ। ਦੈਨ ਫਿਰ ਨਵੀਂ ਜਗ੍ਹਾ 'ਤੇ ਆ ਕੇ ਸਕਰੂ ਨਹੀਂ ਲੱਗਦੇ ਸੀਗੇ ਨਾ, ਕੈਬਨਟ ਬਣਾਉਣ ਲਈ ਸਕਰੂ ਨਹੀਂ ਸੀ, ਉੱਥੇ ਨੇਲਾਂ ਸੀਗੀਆਂ, ਨੇਲਾਂ ਨੇਲ ਗਨ ਵੱਡੀ ਹੁੰਦੀ ਸੀਗੀ, ਸਭ ਤੋਂ ਮਤਲਬ ਕਹਿ ਲਓ ਸਟੇਪਲ ਵਾਲੀ, ਬਹੁਤ ਖਤਰਨਾਕ ਵੀ ਹੁੰਦੀ ਸੀਗੀ ਉਹ, ਅਤੇ ਉਹ ਨੇਲ 'ਤੇ ਮੇਰਾ ਹੱਥ ਨਹੀਂ ਟਿਕਿਆ ਸੀ ਕਿਉਂਕਿ ਆਪਾਂ ਉਹ ਪਹਿਲਾਂ ਚਲਾਈ ਨਹੀਂ ਹੋਈ ਸੀ ਉਹ ਨੇਲ ਗਨ, ਅਤੇ ਉਹ ਨੇਲ ਗਨ ਜਦੋਂ ਮੈਂ ਚਲਾਉਂਦਾ ਸੀਗਾ ਤਾਂ ਮੈਤੋਂ ਨਾ 2 ਫੈਰ ਹੋ ਜਾਂਦੇ ਸੀ ਉਹਦੇ ਵਿੱਚੋਂ, ਅਤੇ 1 ਫੈਰ ਤਾਂ ਪੂਰਾ ਚਲੋ ਟਿਕਾਣੇ 'ਤੇ ਵੱਜਦਾ ਹੁੰਦਾ ਸੀ, ਜਿਹੜਾ ਦੂਜਾ ਫੈਰ ਆ ਉਹ ਕੈਬਨਟ ਪਾੜ ਦਿੰਦਾ ਸੀਗਾ, ਜੇ ਮੰਨ ਲਓ ਬੈਕ 'ਤੇ ਲਾਉਂਦੇ ਪਏ ਹਨ ਤਾਂ ਉਹ ਫਰੰਟ 'ਤੇ ਨਿਕਲ ਆਉਣੀ ਨੇਲ, ਦੈਨ ਪੂਰਾ ਡੱਬਾ ਫਿਰ ਖਰਾਬ ਹੁੰਦਾ ਸੀ ਜਾਂ ਡੱਬਾ ਬਦਲਣਾ ਪੈਂਦਾ ਸੀਗਾ, ਅਤੇ ਕਿਤੇ ਸਾਈਡ ਤੋਂ ਨਿਕਲ ਆਈ ਨੇਲ, ਜਾਂ ਤਾਂ ਅਸੀਂ ਦੇਖਦੇ ਹੁੰਦੇ ਸੀ ਵੀ ਇਕੱਲੀ ਬੈਕ ਬਦਲ ਕੇ ਸਰ ਜੂ ਕਿ ਨਹੀਂ, ਅਤੇ ਕਈ ਵਾਰ ਪੂਰਾ ਡੱਬਾ ਵੀ ਬਦਲਣਾ ਪੈਂਦਾ ਸੀਗਾ ਹੈ ਨਾ, ਤਾਂ ਕਰਕੇ ਸਾਨੂੰ ਥੋੜ੍ਹਾ ਲਰਨਿੰਗ ਇਨਵਾਇਰਮੈਂਟ ਮਿਲ ਗਿਆ। ਸ਼ੁਰੂ ਸ਼ੁਰੂ 'ਚ ਮੈਂ ਜ਼ਰੂਰ ਖਰਾਬ ਕਰ ਦੇਣਾ ਸੀਗਾ ਡੱਬੇ, ਜੇ ਮੰਨ ਲਓ ਜਿੱਦਾਂ 7 ਕੁ ਡੱਬੇ ਜੇ 7-8 ਡੱਬੇ ਬਣਾਉਂਦੇ ਸੀ ਤਾਂ 1-2 ਦੇ ਵਿੱਚ ਮੇਰਾ ਨਾ ਡਬਲ ਫੈਰ ਨਿਕਲ ਹੀ ਆਉਂਦਾ ਸੀ ਨੇਲ ਦਾ, ਦੈਨ ਹੌਲੀ ਹੌਲੀ ਫਿਰ ਆਦਤ ਪੈ ਗਈ ਨਾ ਉੱਥੇ ਨੇਲ ਗਨ ਚਲਾਉਣ ਦੀ, ਜਦੋਂ ਡੇਲੀ ਤੁਸੀਂ ਚਲਾਉਣ ਲੱਗ ਪਏ ਥੋੜ੍ਹੀ ਹੱਥ ਟਾਈਮਿੰਗ ਥੋੜ੍ਹੀ ਮਸਲ ਮੈਮਰੀ 'ਚੋਂ ਸੇਵ ਹੋਇਆ ਵੀ ਤੁਸੀਂ ਕਿੰਨਾ ਪ੍ਰੈਸ਼ਰ ਦੇਣਾ ਨੇਲ ਗਨ 'ਤੇ ਅਤੇ ਕਿੰਨੇ 'ਤੇ ਨੇਲ ਆ ਜਾਣੀ, ਅਤੇ ਹੁਣ ਤਾਂ ਬਹੁਤ ਤੇਜ਼ ਹੁਣ ਤਾਂ ਠਾਹ ਹੋ ਜਾਂਦੀ ਆ ਪੂਰੀ ਹੈ ਨਾ ਵਰਕਸ਼ਾਪ ਦੇ ਵਿੱਚ ਜਦੋਂ ਨੇਲ ਗਨ ਚਲਾਈ ਦੀ ਆ। ਦੈਨ ਫਿਰ ਉੱਥੇ ਨਵੀਂ ਜਗ੍ਹਾ 'ਤੇ ਹੀ ਮੈਂ ਕਟਿੰਗ ਦਾ ਕੰਮ ਵੀ ਕਰਨ ਲੱਗ ਪਿਆ ਸੀ, ਪੁਰਾਣੀ ਜਗ੍ਹਾ 'ਤੇ ਥੋੜ੍ਹੀ ਕਟਿੰਗ ਕੀਤੀ ਸੀਗੀ, ਅਤੇ ਪੁਰਾਣੀ ਜਗ੍ਹਾ 'ਤੇ ਪ੍ਰਸਾਦ ਜਿਹੜਾ ਸੀਗਾ ਨਾ ਉਹ ਤੱਕਣਾ ਪੈਂਦਾ ਸੀਗਾ, ਮਤਲਬ ਉਹਦੇ 'ਤੇ ਜਦੋਂ ਆਪਾਂ ਸ਼ੀਟ ਰੱਖਤੀ ਤਾਂ ਹੱਥ ਨਾਲ ਜ਼ੋਰ ਨਾਲ ਪੂਰਾ ਐਂ ਬੱਖੀ ਦਾ ਜ਼ੋਰ ਲੱਗ ਜਾਂਦਾ ਸੀ, ਧੱਕਣਾ ਪੈਂਦਾ ਸੀਗਾ ਨਾ ਸ਼ੀਟ ਨੂੰ ਲੰਘਾਉਣ ਲਈ ਸਾਹ 'ਤੇ। ਪਰ ਨਵੀਂ ਜਗ੍ਹਾ 'ਤੇ ਟੇਬਲਸ ਆ ਹੋਰ ਵਧੀਆ ਸੀਗਾ, ਉਹ ਸਲਾਈਡਿੰਗ ਸੀਗਾ ਨਾ, ਉੱਥੇ ਵੱਡਾ ਬੈੱਡ ਜਿਹਾ ਬਣਿਆ ਹੁੰਦਾ ਸੀ, ਬੈੱਡ ਜਿਹੜਾ ਹੁੰਦਾ ਸੀ ਉਹ ਮੂਵੇਬਲ ਹੁੰਦਾ ਸੀਗਾ, ਦੈਨ ਉਹਦੇ ਉੱਤੇ ਸ਼ੀਟ ਰੱਖਣੀ ਆ, ਅਸੀਂ ਸਿਰਫ ਉਹਨੂੰ ਡਾਇਰੈਕਸ਼ਨ ਦੇਣੀ ਹੁੰਦੀ ਸੀ, ਉਹ ਆਪਣੇ ਆਪ ਐਂ ਮੂਵ ਹੋਈ ਜਾਂਦਾ ਸੀ, ਸਮੂਥਲੀ ਮੂਵ ਹੁੰਦਾ ਸੀਗਾ। ਫਿਰ ਅਸੈਂਬਲਿੰਗ 'ਤੇ ਜਦੋਂ ਮੈਂ ਆ ਗਿਆ, ਜਦੋਂ ਡੱਬੇ ਜੋੜਨੇ ਹੁੰਦੇ ਸੀਗੇ, ਦੈਨ ਮੈਂ ਆਪਦੀਆਂ ਆਪਣੀਆਂ ਜਿੱਗਾਂ ਬਣਾਉਣੀਆਂ ਸਟਾਰਟ ਕਰਤੀਆਂ, ਟੈਂਪਲੇਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਨਾ, ਜਾਂ ਸਾਂਚਾ ਕਹਿ ਲਓ, ਕਿਉਂਕਿ ਪਤਾ ਵੀ ਤੁਸੀਂ ਡੇਲੀ ਹੁਣ ਆ ਚੀਜ਼ ਕਰਨੀ ਆ, ਦੈਨ ਤੁਸੀਂ ਉਹਦਾ ਟੈਂਪਲੇਟ ਬਣਾ ਲੈਣਾ ਤਾਂ ਕਿ ਤੁਹਾਡਾ ਕੰਮ ਸੌਖਾ ਹੋ ਜਾਣਾ। ਕਈ ਚੀਜ਼ਾਂ 'ਚ ਡਾਇਗਨਲ ਕਟਿੰਗ ਆਉਂਦੀ ਹੁੰਦੀ ਸੀ, ਡਾਇਗਨਲ ਕਟਿੰਗ ਦੀ ਕੋਈ ਜਿੱਗ ਨਹੀਂ ਬਣੀ ਹੋਈ ਸੀ ਪਹਿਲਾਂ, ਅਤੇ ਉਹ ਫਿਰ ਆਪ ਅਸੀਂ ਤਿਆਰ ਕਰ ਲੈਣੀ। ਇੱਦਾਂ ਜਦੋਂ ਸਾਰੀਆਂ ਚੀਜ਼ਾਂ ਸਿੱਖੀਆਂ, ਦੈਨ ਹੌਲੀ ਹੌਲੀ ਦਿਮਾਗ ਲੋਜੀਕਲ ਜਿਹਾ ਹੋ ਗਿਆ ਵੀ ਜਿੱਦਾਂ ਹੁਣ ਇੱਕ ਚੀਜ਼ ਨੂੰ ਕਰਨ ਦੇ ਜੇ 4 ਤਰੀਕੇ ਆ ਤਾਂ ਉਹਦੇ ਵਿੱਚੋਂ ਸਭ ਤੋਂ ਇਫੈਕਟਿਵ ਤਰੀਕਾ ਕਿਹੜਾ ਹੈ, ਜਿਹਦੇ ਵਿੱਚ ਟਾਈਮ ਵੀ ਘੱਟ ਲੱਗੇ ਅਤੇ ਕੁਆਲਿਟੀ ਵੀ ਪੂਰੀ ਆਵੇ, ਹੈ ਨਾ। ਅਤੇ ਉੱਦਾਂ ਦਾ ਦਿਮਾਗ ਹੋ ਗਿਆ, ਫਿਰ ਉਵੇਂ ਦੇ ਵੇਜ਼ ਲੱਭਣੇ ਸਟਾਰਟ ਕੀਤੇ। ਦੈਨ ਫਿਰ ਮੈਂ ਇੰਸਟਾਲੇਸ਼ਨ ਵਾਲਿਆਂ ਦੇ ਨਾਲ ਹੈ ਨਾ ਐਜ਼ ਹੈਲਪਰ ਜਾਣਾ ਹੁੰਦਾ ਸੀਗਾ, ਉੱਥੇ ਮੇਰਾ ਕੰਮ ਹੁੰਦਾ ਸੀਗਾ ਜਿਵੇਂ ਲੰਬੇ ਪੀਸ ਕੱਟਣੇ ਆ ਉਹਨੂੰ ਨਾਲ ਸਪੋਰਟ ਦੇ ਦੇਣੀ, ਹੈ ਨਾ, ਜਾਂ ਆਪਾਂ ਅਨਲੋਡਿੰਗ ਕਰ ਲਈ, ਇੱਦਾਂ ਕੰਮ ਹੁੰਦਾ ਸੀ। ਬਟ ਮੈਂ ਜਦੋਂ ਨਾਲ ਜਾਣਾ ਹੁੰਦਾ ਸੀ ਮੈਂ ਦੇਖਣ ਲੱਗ ਪਿਆ ਕੰਮ ਵੀ ਕਿਵੇਂ ਹੁੰਦਾ ਆ, ਮੋਲਡਿੰਗ ਕਿਵੇਂ ਕੱਟਦੇ ਆ, ਰੀਗਲ ਕਿਵੇਂ ਕੱਟਦੇ, ਹੈ ਨਾ, ਜਾਂ ਡਰਾਇੰਗ ਨੂੰ ਉਹ ਸਾਈਟ ਦੇ ਉੱਤੇ ਕਿਵੇਂ ਇੰਪਲੀਮੈਂਟ ਕਰਦੇ ਆ, ਇੱਦਾਂ ਦੀਆਂ ਚੀਜ਼ਾਂ ਮੈਂ ਦੇਖਣੀਆਂ ਸਟਾਰਟ ਕਰਤੀਆਂ ਸੀ। ਇੱਦਾਂ ਦਾ ਕੰਮ ਫਿਰ ਮੈਂ ਕਰਨ ਲੱਗ ਪਿਆ ਇੰਸਟਾਲੇਸ਼ਨ ਦਾ, ਬਾਕੀ ਮੇਰੇ ਸੀਨੀਅਰ ਕਰਦੇ ਹੁੰਦੇ ਸੀ। ਦੈਨ ਸਾਨੂੰ ਥੋੜ੍ਹੀ ਹੋਰ ਅਥੋਰਿਟੀ ਮਿਲ ਗਈ ਨਵੀਂ ਜਗ੍ਹਾ ਦੇ ਵਿੱਚ, ਅਤੇ ਅਸੀਂ ਇੰਸਟਾਲੇਸ਼ਨ 'ਤੇ ਫਿਰ ਜਾਣਾ ਸਟਾਰਟ ਕੀਤਾ ਨਾ ਇੰਸਟਾਲੇਸ਼ਨ 'ਤੇ। ਇੰਸਟਾਲੇਸ਼ਨ ਵਾਲੀ ਜਿਹੜੀ ਪਹਿਲੀ ਵੀਡੀਓ ਚੈੱਕ ਕਰਿਓ, ਜਿਹੜੀ ਇਸ ਚੈਨਲ ਦੀ ਪਹਿਲੀ ਵੀਡੀਓ ਆ, ਹੈ ਨਾ, ਉਹ ਸਾਡੀ ਪਹਿਲੀ ਇੰਸਟਾਲੇਸ਼ਨ ਸੀ ਮੇਰੀ ਅਤੇ ਜੋਸ਼ੀ ਦੀ, ਇੰਡੀਪੈਂਡੈਂਟ ਕਹਿ ਲਓ, ਹੈ ਨਾ, ਨਹੀਂ ਤਾਂ ਅਸੀਂ ਨਾਲ ਤਾਂ ਜਾਂਦੇ ਹੁੰਦੇ ਸੀ ਸੀਨੀਅਰ ਦੇ, ਬਟ ਉਹ ਸਾਡੀ ਇੰਡੀਪੈਂਡ
ਕੰਮ ਨਿਬੇੜਦਾ ਸੀ ਤੇ ਬਹੁਤ ਵਧੀਆ ਤਰੀਕੇ ਨਾਲ ਬਹੁਤ ਕਸਟਮਰ ਹੈਪੀ ਹੋਇਆ ਸੀ। ਦੈਨ ਥੋੜੀ ਜਿਹੀ ਹੋਰ ਅਥਾਰਟੀ ਮਿਲ ਗਈ ਨਵੇਂ ਕੰਮ ਦੇ ਉੱਤੇ, ਫਿਰ ਕੈਨੇਪੀਆਂ ਬਣਦੀਆਂ ਸੀ ਜਿਹੜੀਆਂ ਰੇਂਜ ਹੁੱਡ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਿਹੜਾ ਐਗਜ਼ੋਸਟ ਫੈਨ ਚਿਮਨੀ ਜਿਹਨੂੰ ਕਹਿ ਦਿੰਦੇ ਹਾਂ ਨਾ, ਉਹ ਚਿਮਨੀ ਲੱਗਦੀ ਸੀ ਤੇ ਉਹਦਾ ਹਾਰਡਵੇਅਰ ਬਾਹਰੋਂ ਆਉਂਦਾ ਸੀ ਬਟ ਉਹਦਾ ਡਿਜ਼ਾਇਨ ਬਾਹਰਲਾ ਉਹ ਅਸੀਂ ਵੁੱਡ ਤਾਂ ਬਣਾਉਂਦੇ ਹੁੰਦੇ ਸੀ। ਸੋ ਉਹ ਮੈਂ ਆਪ ਡਿਜ਼ਾਇਨ ਕਰਦਾ ਹੁੰਦਾ ਸੀ ਵੀ ਕਿਹੜਾ ਵਧੀਆ ਲੱਗਣਾ ਜਾਂ ਹਾਰਡਵੇਅਰ ਦੀ ਓਪਨਿੰਗ ਉਨੀ ਦੇ ਕੇ ਉੱਪਰਲੇ ਪਾਸੇ ਕਿਵੇਂ ਦਾ ਡਿਜ਼ਾਇਨ ਲੱਗਣਾ ਨਾ। 3-4 ਕੈਨੇਪੀਆਂ ਆਪਾਂ ਡਿਜ਼ਾਇਨ ਕੀਤੀਆਂ ਇੱਥੇ ਤੇ ਬਹੁਤ ਵਧੀਆ ਤਰੀਕੇ ਨਾਲ ਹੈ ਨਾ ਤਿਆਰ ਕੀਤੀਆਂ ਸੀ ਤੇ ਕਸਟਮਰ ਬਹੁਤ ਹੈਪੀ ਹੋਏ ਸੀਗੇ। ਮੈਂ ਐਜ਼ ਅ ਹੈਲਪਰ ਸਟਾਰਟ ਹੋਇਆ ਸੀ, ਦੈਨ ਹੌਲੀ ਹੌਲੀ ਮੈਜ਼ਰਮੈਂਟ ਸਿੱਖੀ, ਦੈਨ ਅਸੀਂ ਆਏ ਕਟਿੰਗ ਦੇ ਉੱਤੇ, ਦੈਨ ਅਸੀਂ ਆਏ ਅਸੈਂਬਲਿੰਗ ਦੇ ਉੱਤੇ, ਫਿਰ ਡਿਸਪਲੇ ਲਾਉਣਾ, ਦੈਨ ਡਿਸਪਲੇ ਤੋਂ ਬਾਅਦ ਅਸੀਂ ਇੰਸਟਾਲੇਸ਼ਨ 'ਤੇ ਆਏ ਨਾ। ਸੋ ਆਲਮੋਸਟ ਇਸ ਲਾਈਨ ਦੇ ਸਾਰੇ ਕੰਮ ਸਿੱਖ ਲਏ ਸੀਗੇ ਬਹੁਤ ਘੱਟ ਟਾਈਮ ਦੇ ਵਿੱਚ। ਦੈਨ ਫਿਰ ਮੈਂ ਟਰੱਕ ਵੀ ਸੀ ਧੱਕੇ ਨਾਲ ਹੀ ਐਂ ਸਿੱਖਿਆ, ਕਿਉਂਕਿ ਆਪਾਂ ਕਿਹੜਾ ਟਰੱਕ ਟਰੁੱਕ ਚਲਾਉਂਦੇ ਰਹੇ ਇੰਡੀਆ ਦੇ ਵਿੱਚ, ਮੈਂ ਤਾਂ ਗੱਡੀ ਚਲਾਈ ਸੀਗੀ। ਮੈਨੂੰ ਚੇਤਾ ਹੈ ਜਿਹੜੀ ਸਾਡੀ ਪਹਿਲੀ ਇੰਸਟਾਲੇਸ਼ਨ ਸੀ ਅਤੇ ਜਦੋਂ ਅਸੀਂ ਜਾਣਾ ਸੀਗਾ, ਕਿਉਂਕਿ ਉਦੋਂ ਸਾਡੇ ਸੀਨੀਅਰ ਹੈ ਨਹੀਂ ਸੀਗੇ, ਉਹ ਹੋਰ ਜੋਬ 'ਤੇ ਚੱਲ ਗਏ ਸੀਗੇ, ਉਹਨਾਂ ਨੇ ਹੋਰ ਕਿਤੇ ਜੋਬ ਲੈ ਲਈ ਅਤੇ ਸਾਨੂੰ ਮਜਬੂਰੀ 'ਚ ਅਸੀਂ ਵੀ ਸੀਗੇ ਵੀ ਹੁਣ ਅਸੀਂ ਕਰਨੀ ਹੈ ਨਾ। ਮੈਨੂੰ ਚੇਤਾ ਅੱਜ ਵੀ ਭਾਅ ਜੀ ਨੇ ਮੈਨੂੰ ਚਾਬੀ ਦਿੱਤੀ ਟਰੱਕ ਦੀ, ਕਹਿੰਦੇ ਆਲਾ ਕੋਈ ਨਹੀਂ ਚਲਾ ਲੈਣਾ ਤੂੰ ਚਲਾ ਲੈਣਾ। ਮੈਂ ਕਿਹਾ ਨਹੀਂ ਭਾਈ ਵੀ ਚਲਾਇਆ ਨਹੀਂ ਟਰੱਕ, ਕਹਿੰਦੇ ਗੱਡੀ ਵਾਂਗੂ ਹੀ ਹੁੰਦਾ ਆ, ਵਿੱਚ ਕਿਹੜਾ ਗੇਅਰ ਆਟੋਮੈਟਿਕ ਆ, ਬਸ ਇਹ ਆ ਵੀ ਥੋੜ੍ਹਾ ਉੱਚਾ ਚਾੜ੍ਹ ਕੇ ਮੋੜਨਾ ਵੀ ਤੁਸੀਂ ਲੈ ਜਾਓ, ਕੋਈ ਨਹੀਂ ਲੈ ਜਾਣਾ। ਅਤੇ ਅਸੀਂ ਜੋਬ ਜੂਬ ਲੋਡ ਕੀਤੀ ਸੀਗੀ ਅਤੇ ਐਂ ਕਰਦੇ ਕਰਦੇ ਅਸੀਂ ਪਹਿਲੇ ਇੰਸਟਾਲੇਸ਼ਨ 'ਤੇ ਉਦੋਂ ਪਹੁੰਚ ਗਏ ਸੀਗੇ। ਮਤਲਬ ਇੱਦਾਂ ਹੀ ਕਾਫੀ ਚੀਜ਼ਾਂ ਬੰਦਾ ਮਜਬੂਰੀ 'ਚ ਵੀ ਸਿੱਖਦਾ, ਜਦੋਂ ਪਤਾ ਹੁਣ ਕੋਈ ਹੱਲ ਹੈ ਨਹੀਂ ਤੁਹਾਨੂੰ ਆਪ ਹੀ ਕਰਨਾ ਪੈਣਾ, ਦੈਨ ਤੁਸੀਂ ਉਹਨੂੰ ਜਿਹਦਾ ਕਹਿ ਲਓ ਗਲ ਪਿਆ ਢੋਲ ਵਜਾਉਣਾ ਪੈਣਾ ਨਾ, ਕੋਈ ਵੀ ਵਜਾ ਸਕਦਾ। ਉਹ ਉਸ ਚੱਕਰ ਦੇ ਵਿੱਚ ਅਸੀਂ ਕੰਮ ਸਿੱਖ ਗਏ ਅਤੇ ਹੁਣ ਸਾਰਾ ਕੁਛ ਕਰ ਲੈਂਦੇ ਹਾਂ ਆਲਮੋਸਟ, ਹੈ ਨਾ, ਜਿਵੇਂ ਦਾ ਵੀ ਕੰਮ ਹੁੰਦਾ। ਕਾਫੀ ਚੀਜ਼ਾਂ ਸਿੱਖੀ ਵੀ ਜਾਂਦੇ ਹਾਂ ਨਾਲੋਂ ਨਾਲ, ਹਰ ਦਿਨ ਕੁਛ ਸਿੱਖਣ ਨੂੰ ਮਿਲਦਾ ਆ, ਅੱਜ ਵੀ ਕੁਛ ਨਾ ਕੁਛ ਸਿੱਖਦੇ ਹਾਂ। ਬਟ ਮੈਂ ਇਹ ਰਿਅਲਾਈਜ਼ ਕੀਤਾ ਜੀ, ਜੇ ਤੁਸੀਂ ਕੰਮ ਸਿੱਖਣਾ ਚਾਹੁੰਦੇ ਹੋ ਨਾ, ਤਾਂ ਜੇ ਤੁਸੀਂ ਆਪਣੇ ਮਾਇੰਡ ਪੂਰਾ ਪ੍ਰਿਪੇਅਰ ਕਰ ਲਿਆ ਤਾਂ ਸਿਰਫ 2-3 ਮਹੀਨੇ ਲੱਗਣਗੇ ਤੁਹਾਨੂੰ ਆਲਮੋਸਟ ਸਾਰਾ ਕੰਮ ਗ੍ਰੈਬ ਕਰਨ ਨੂੰ ਇਸ ਲਾਈਨ ਦੇ ਵਿੱਚ, ਜੇ ਤੁਸੀਂ ਸਿਰਫ ਉਹਨੂੰ ਦੇਖ ਲਵੋ। ਕਿਉਂਕਿ ਸਾਨੂੰ ਵੀ ਦੱਸਣ ਵਾਲੇ ਬੰਦੇ ਬਾਹਲੇ ਨਹੀਂ ਹੁੰਦੇ ਸੀ, ਸਿਰਫ ਸਟਾਰਟਿੰਗ ਮਾੜੀ ਜਿਹੀ ਦੱਸ ਦਿੰਦੇ ਸੀਗੇ ਵੀ ਆਹ ਇੱਦਾਂ ਹੋਣਾ ਆਹ ਇੱਦਾਂ ਹੋਣਾ ਨਾ। ਸੋ ਜੇ ਮੈਂ ਇੱਕ ਲਾਈਨ ਦੇ ਵਿੱਚ ਹੁਣ ਇਸ ਵੀਡੀਓ ਦੇ ਟਾਈਟਲ ਦਾ ਆਨਸਰ ਦੇਵਾਂ ਵੀ ਮੈਂ ਕੰਮ ਕਿਵੇਂ ਸਿੱਖਿਆ, ਤਾਂ ਉਹ ਕਹੂੰਗਾ ਜੀ ਮੈਂ ਗਲਤੀਆਂ ਕਰਕੇ ਸਿੱਖਿਆ ਨਾ। ਜਿੰਨਾ ਚਿਰ ਬੰਦਾ ਗਲਤੀ ਨਹੀਂ ਕਰੂਗਾ ਉਨਾ ਚਿਰ ਬੰਦਾ ਕੰਮ ਨਹੀਂ ਸਿੱਖ ਸਕਦਾ ਨਾ ਜੀ। ਸੋ ਗਲਤੀ ਕਰਨੀ ਮਾੜੀ ਗੱਲ ਨਹੀਂ, ਪਰ ਗਲਤੀ ਨੂੰ ਵੇਸਟ ਕਰਨਾ ਉਸ ਤੋਂ ਵੱਡੀ ਗਲਤੀ ਆ। ਆਪਾਂ ਗਲਤੀ ਕਰਦੇ ਹੁੰਦੇ ਸੀ ਪਰ ਮੈਂ ਉਹਨੂੰ ਦੁਬਾਰਾ ਨਹੀਂ ਹੋਣ ਦਿੰਦਾ ਸੀ, ਅਤੇ ਗਲਤੀ ਤੋਂ ਸਿੱਖਦਾ ਹੁੰਦਾ ਸੀਗਾ ਵੀ ਆਹ ਚੀਜ਼ ਇੱਦਾਂ ਹੋਈ ਕਿਉਂ ਹੋਈ, ਹੈ ਨਾ, ਕਿਉਂ ਦਾ ਜਵਾਬ ਮਾਇੰਡ 'ਚ ਰੱਖਣਾ। ਸੋ ਗਲਤੀਆਂ ਕਰਕੇ ਬੰਦਾ ਸਿੱਖਦਾ ਹੀ, ਬਟ ਗਲਤੀ ਨੂੰ ਵੇਸਟ ਨਾ ਕਰੋ। ਜੇ ਗਲਤੀ ਤੋਂ ਕੁਛ ਸਿੱਖ ਲਿਆ ਤਾਂ ਉਹ ਲੈਸਨ ਬਣ ਜਾਂਦੀ, ਨਹੀਂ ਤਾਂ ਗਲਤੀ ਦੀ ਗਲਤੀ ਰਹਿ ਜਾਂਦੀ ਆ। ਅਤੇ ਬਸ ਜੀ ਫਿਰ ਵੀਡੀਓ ਦਾ ਐਂਡ ਕਰਦੇ ਹਾਂ, ਅਤੇ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਜੇ ਤੁਸੀਂ ਨਵੇਂ ਆਏ ਹੋ ਚੈਨਲ 'ਤੇ ਤਾਂ ਸਬਸਕ੍ਰਾਈਬ ਕਰ ਲਿਓ। ਇੱਦਾਂ ਦੀਆਂ ਵੀਡੀਓਜ਼ ਆਪਾਂ ਪਾਉਂਦੇ ਰਹਿੰਦੇ ਹਾਂ, ਅਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ।